बच्चों आज दे इस एमपीपी दे लेक्चर दे विच तुहाडा स्वागत है। कल दे लेक्चर दे विच असीं बेसिकली जिहड़ा सीधा पैसिविज़म वाला टॉपिक जिहड़ा है असीं कई लेक्चरां तों डिस्कस कर रहे हैं, लेकिन साडा जिहड़ा उत्तर बस्तीवाद वाला जिहड़ा टॉपिक सीगा उहदे विचों इक विचारक दे जिहड़े विचार उह करन वाले जिहड़े है रहिंदे है। बाकी जिहड़ा उत्तर बस्तीवाद है उन्हों असी पूरा जरा रिकैप करेंगे, पूरा रिविजन करेंगे या रिकैप करेंगे। तो मैं तिना विचारक विचार जो है बारी बारी जो है दोबारा तो जरा है दस दिना, क्योंकि क्वेश्चन जोड़े है वो सारे बहुत इंपॉर्टेंट है थोड़े जो है पेपर पॉइंट ऑफ व्यू तो। अगर अभी देखिए तो ये क्वेश्चन जोड़े है बहुत ज़्यादा जोड़े है महत्वपूर्ण है। मैं तो एक जी स्लाइड जी है वो शेयर की हुई है, ठीक है जी। हुण इस स्लाइड वल सारे जने जिहड़े है ध्यान दिओ। हुण इहदे विच अगर आपां गल करिए सैकेंड स्लाइड ते आ जांदे हां आपां, ठीक है जी। पहली गल जदों असीं उत्तर बस्तीवाद की गल करते हैं इहदे विच जो बस्तीवादी व्यवस्थावां दे विच जो वधीकियां होंदियां, ठीक है जी, उन्हां वधीकियां करके जिहड़ा है अगर असीं गल करिए एक्सप्लॉयटेशन की, जिहड़े कॉलोनाइजर सीगे उन्होंने जिहड़ी है हर तरह जिहड़ी है एक्सप्लॉयटेशन की, उन्होंने इकनोमिक एक्सप्लॉयटेशन की, उन्होंने कल्चरल एक्सप्लॉयटेशन की, उन्होंने पोलिटिकल एक्सप्लॉयटेशन की, उन्होंने हर तरह की जिहड़ी सीगी एक्सप्लॉयटेशन की। और जो उत्तर बस्तीवाद आया उस पहले उन्होंने जिहड़ी ईस्ट कंट्री सीगियां उन्होंने जिहड़ा सीगा ओरिएंट का खिताब दिता, या उन्होंने ओरिएंटल्स क्या, ओरिएंटल्स का मतलब वो देश जिहड़े किसी वेले बस्तीवादी व्यवस्था के अधीन सीगे, और मेन जिहड़ा कोलोनाइजर सीगा उस वेले वो ब्रिटिश सीगे या फ्रेंच लोग सीगे या स्पैनिश सीगे या होर जिहड़े लोग सीगे वो सीगे। सो रेशियल अंडरटोन। फिर दूसरी गल जिहड़ा बस्तीवाद सीगा उहदा सभ्याचारक जिहड़ा इंपैक्ट पिया, फिर पोलिटिकल इंपैक्ट भी पिया, फिर सोशल इंपैक्ट भी पिया, फिर इकोनॉमिक इंपैक्ट भी पिया। सो जिहड़ा उत्तर बस्तीवाद है जिहड़ा बस्तीवादी व्यवस्थावां दा जिहड़ा इंपैक्ट पिया उहनूं निकालदा, ठीक है, उहनूं निकालदा। दूसरी गल तीन विचारक ने एडवर्ड सैट, गायत्री चक्रवर्ती स्पाइक ते होमी के बाबा, ठीक है जी। ਇਹਦੇ ਵਿੱਚ ਜਿਹੜਾ ਅਸੀਂ ਅੱਜ ਦੇ ਲੈਕਚਰ ਦੇ ਵਿੱਚ ਜਿਹੜਾ ਹੋਮੀ ਕੇ ਬਾਬਾ ਹੈ ਉਹਨੂੰ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ, ਬਾਕੀ ਅਸੀਂ ਬਾਕੀ ਜਿਹੜੇ ਟੌਪਿਕਸ ਹੈਗੇ ਆ ਉਹ ਉਹਨਾਂ ਨੂੰ ਅਸੀਂ ਬਾਅਦ ਕਰਾਂਗੇ। ਹੁਣ ਐਡਵਰਡ ਸੈਟ ਨੇ ਕੀ ਕਿਹਾ ਸੀਗਾ, ਐਡਵਰਡ ਸੈਟ ਨੇ ਜਿਹੜਾ ਹੈਗਾ ਹੈ ਦੋ ਤਰ੍ਹਾਂ ਦੇ ਲੋਕਾਂ ਦੀ ਗੱਲ ਕੀਤੀ ਹੈ, ਓਰੀਐਂਟਲਸ, ਠੀਕ ਹੈ, ਓਰੀਐਂਟਲਸ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਜਿਹੜੇ ਲੋਕ ਈਸਟ ਦੀ ਡਿਪੈਂਡ ਕਰਦੇ ਆ, ਤੇ ਓਕਸੀਡੈਂਟਲ ਆਪਾਂ ਉਹਨਾਂ ਨੂੰ ਕਹਿੰਦੇ ਹਾਂ ਜਿਹੜੇ ਲੋਕ ਕੋਲੋਨਾਈਜ਼ਰ ਸੀਗੇ, ਜਿਹਨੇ ਲੋਕਾਂ ਨੇ ਬਸਤੀਆਂ ਬਣਾਈਆਂ ਸੀ, ਜਿਹਨੇ ਲੋਕਾਂ ਨੇ ਬਸਤੀਵਾਦੀ ਜਾਂ ਸਮਰਾਜਵਾਦੀ ਜਿਹੜੀ ਵਿਚਾਰਧਾਰਾ ਸੀ ਉਹਨੂੰ ਪ੍ਰਮੋਟ ਕੀਤਾ ਸੀ, ਉਹਨੂੰ ਆਪਾਂ ਆਕਸੀਡੈਂਟਲ ਕੰਟਰੀਜ਼ ਕਹਿੰਦੇ ਹਾਂ। ਵੈਸਟ ਨੂੰ ਅਸੀਂ ਆਕਸੀਡੈਂਟਲ ਕਹਿੰਦੇ ਹਾਂ ਔਰ ਈਸਟ ਨੂੰ ਅਸੀਂ ਓਰੀਐਂਟਲ ਕਹਿੰਦੇ ਹਾਂ, ਠੀਕ ਹੈ ਜੀ। ਫਿਰ ਕੀ ਹੋਇਆ, ਐਡਵਰਡ ਸੈਟ ਕਹਿੰਦਾ ਹੈ ਕਿ ਜਿਹੜੇ ਆਕਸੀਡੈਂਟਲ ਲੋਕ ਸੀਗੇ, ਜਿਹੜੇ ਵੈਸਟ ਦੇ ਲੋਕ ਸੀਗੇ, ਜਿਹੜੇ ਕੋਲੋਨਾਈਜ਼ਰ ਸੀਗੇ, ਉਹ ਇਹਨਾਂ ਲੋਕਾਂ ਨੂੰ ਹੀਨ ਭਾਵਨਾ ਨਾਲ ਦੇਖਦੇ ਸੀ, ਉਹ ਇਹਨਾਂ ਇਹਨਾਂ ਲੋਕਾਂ ਨੂੰ ਅਨਸਿਵਲਾਈਜ਼ਡ ਸਮਝਦੇ। ਇਹ ਸਾਰੀ ਗੱਲ ਐਡਵਰਡ ਸੈਟ ਕਹਿ ਰਹੇ, ਅਨਸਿਵਲਾਈਜ਼ਡ ਸਮਝਦੇ ਸੀ, ਅਨਸਿਵਲਾਈਜ਼ਡ ਸਮਝਦੇ ਸੀਗੇ। ਸੋ ਉਹ ਸਮਝਦੇ ਸੀ ਵੀ ਇਹਨਾਂ ਨੂੰ ਅਕਲ ਨਹੀਂ ਹੈਗੀ, ਕਿ ਇਹ ਸਭ ਮਤਲਬ ਕਿ ਇਹ ਜਿਹੜੇ ਹੈ ਅਨਸਿਵਲਾਈਜ਼ਡ ਹੈ, ਅਨਸਿਵਲਾਈਜ਼ਡ ਹੈਗੇ ਹੈ। ਸੋ ਠੀਕ ਹੈ ਜੀ। ਫਿਰ ਅਗਰ ਉਹਨਾਂ ਨੇ ਕੀ ਕੀਤਾ, ਫਿਰ ਉਹਨਾਂ ਦਾ ਜਿਹੜਾ ਲਿਟਰੇਚਰ ਸੀਗਾ ਉਹ ਉਹਨੂੰ ਇੰਗਲਿਸ਼ ਦੇ ਵਿੱਚ ਟ੍ਰਾਂਸਲੇਟ ਕੀਤਾ ਔਰ ਪੜ੍ਹਨਾ ਸ਼ੁਰੂ ਕਰ ਦਿੱਤਾ। ਔਰ ਜਦੋਂ ਉਹਨਾਂ ਨੇ ਲਿਟਰੇਚਰ ਨੂੰ ਪੜ੍ਹਿਆ, ਈਸਟ ਦੇ ਲਿਟਰੇਚਰ ਨੂੰ ਪੜ੍ਹਿਆ ਆਪਣੀ ਲੈਂਗੁਏਜ ਦੇ ਵਿੱਚ, ਤੇ ਉਹਨਾਂ ਨੂੰ ਪਤਾ ਲੱਗਿਆ ਕਿ ਇਹ ਜਿਹੜਾ ਲਿਟਰੇਚਰ ਹੈਗਾ ਬੜਾ ਪਿੱਛੇ ਹੈ, ਇਹ ਲਿਟਰੇਚਰ ਜਿਹੜਾ ਹੈ ਅੱਗਾ ਵਧੂ ਹੈ, ਇਹ ਲਿਟਰੇਚਰ ਜਿਹੜਾ ਹੈ ਚੰਗਾ ਹੈ। ਸੋ ਉਹਨਾਂ ਨੇ ਇੱਕ ਜਿਹੜਾ ਸੀਗਾ ਇੱਕ ਇਸ ਚੀਜ਼ ਦਾ ਵਿਚਾਰ ਕਰਨਾ ਸ਼ੁਰੂ ਕਰ ਦਿੱਤਾ ਕਿ ਜਿਹੜੀ ਵੈਸਟਰਨ ਸਿਵਲਾਈਜੇਸ਼ਨ ਹੈ ਜਾਂ ਜਿਹੜਾ ਵੈਸਟ ਹੈ, ਜਿਹੜੀਆਂ ਓਕਸੀਡੈਂਟਲ ਕੰਟਰੀਜ਼ ਹੈਗੇ ਆ, ਉਹ ਜ਼ਿਆਦਾ ਜਿਹੜੀਆਂ ਕੀ ਹੈ ਉਹ ਜ਼ਿਆਦਾ ਸੱਭਿਅਤਾ।
ਸੌਰੀ ਜ਼ਿਆਦਾ ਸੱਭਿਆਚਾਰ ਨਹੀਂ, ਜ਼ਿਆਦਾ ਐਡਵਾਂਸ ਨੇ, ਉਹਨਾਂ ਦਾ ਕਲਚਰ ਐਡਵਾਂਸ ਹੈ, ਉਹਨਾਂ ਦੀ ਜਿਹੜੀ ਸੋਸ਼ਲ ਸਟੇਟਸ ਹੈ ਉਹ ਸੋਸਾਇਟੀ 'ਚ ਸਟੇਟਸ ਬਹੁਤ ਵਧੀਆ ਹੈ। ਮਤਲਬ ਉਹ ਆਪਣੇ ਆਪ ਨੂੰ ਉਹਨਾਂ ਨੇ ਇੱਕ ਸੁਪੀਰੀਅਰ ਰੇਸ ਦੇ ਰੂਪ ਦੇ ਵਿੱਚ, ਸੁਪੀਰੀਅਰ ਨਸਲ ਦੇ ਰੂਪ ਦੇ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਜਿਹੜਾ ਸੀਗਾ ਪ੍ਰਸਤੁਤ ਕੀਤਾ। ਠੀਕ ਹੈ, ਇਹਦੇ ਵਿੱਚ ਮਹਾਰਾਜ ਜੀ ਪਹਿਲੀ ਸਲਾਈਡ ਹੈ ਉਹ ਕਹਿੰਦਾ ਜੀ ਰੇਸ਼ੀਅਲ ਅੰਡਰਟੋਨ ਇੰਪੀਰੀਅਰ ਵਿਊ ਆਫ, ਇਹੀ ਮੈਂ ਤੁਹਾਨੂੰ ਦੱਸਦਾ ਹਾਂ ਕਿ ਟੈਕਸਟ ਵਰ ਫੀਲ ਪਰਸਪੈਕਟਿਵ ਆਫ ਕੋਲੋਨਾਈਜ਼। ਸੋ ਉਹਨਾਂ ਨੇ ਜਿਹੜਾ ਸੀਗਾ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਹਿਸਟੋਰੀਕਲੀ ਜਿਹੜਾ ਹੈ, ਜਿਹੜੇ ਅਸੀਂ ਲੋਕ ਹੈ ਅਸੀਂ ਸੁਪੀਰੀਅਰ ਹੈ, ਔਰ ਜਿਹੜੇ ਈਸਟ ਦੇ ਲੋਕ ਹੈ ਉਹ ਇੰਪੀਰੀਅਰ, ਇਹ ਮੁੱਖ ਵਿਚਾਰ ਸੀਗਾ ਐਜੁਕੇਸ਼ਨ। ਹੁਣ ਜਿਹੜੀ ਗਾਇਤਰੀ ਚੱਕਰਵਰਤੀ ਸਪਾਈਕ ਸੀਗੀ ਉਹਨੇ ਸਬਾਲਟਰਨ ਟਰਮ ਯੂਜ ਕੀਤੀ ਹੈ, ਜਿਵੇਂ ਆ ਸਬਾਲਟਰਨ ਕਲਚਰ ਕਹਿ ਲਓ ਜਾਂ ਸਬਾਲਟਰਨ, ਉਹਨੇ ਸਬਾਲਟਰਨ ਕਿਹਨੂੰ ਕਿਹਾ? ਔਰ ਉਹਨੇ ਸਬਾਲਟਰਨ ਦਾ ਸ਼ਬਦ ਸੀਗਾ ਐਂਟੋਨੀਓ ਗ੍ਰਾਮਸਕੀ ਤੋਂ ਲਿਆ ਸੀ। ਐਂਟੋਨੀਓ ਗ੍ਰਾਮਸਕੀ ਨੇ ਇੱਕ ਜਿਹੜੇ ਹੈ ਕਿਤਾਬ ਲਿਖੀ ਸੀ ਪ੍ਰਿਜ਼ਨਰਸ ਪੇਪਰਸ, ਠੀਕ ਹੈ ਜੀ। ਉਹਦੇ ਵਿੱਚ ਉਹਨੇ ਜਿਹੜਾ ਮਿਲਟਰੀ ਦਾ ਰੈਂਕ ਐਂਡ ਫਾਈਲ ਹੈ ਉਹਦੇ ਵਾਸਤੇ ਜਿਹੜਾ ਉਹਨੂੰ ਡਿਨੋਟ ਕਰਨ ਵਾਸਤੇ ਰੈਂਕ ਐਂਡ ਫਾਈਲ ਜਿਹੜੇ ਲੋਅਰ ਲੈਵਲ ਦੇ ਲੋਕ ਸੀ ਉਹਨੂੰ ਉਹਨੇ ਸਬਾਲਟਰ ਕਿਹਾ, ਕਿਹਨੇ? ਐਂਟੋਨੀਓ ਗ੍ਰਾਮਸ। ਸੋ ਜਿਹੜੀ ਗਾਇਤਰੀ ਚੱਕਰਵਰਤੀ ਸਪਾਈਕ ਸੀਗੀ ਉਹਦੇ ਉੱਤੇ ਐਂਟੋਨੀਓ ਗ੍ਰਾਮਸਕੀ ਦਾ ਪ੍ਰਭਾਵ ਸੀਗਾ। ਸੋ ਉਹਨੇ ਇੱਕ ਐਸੇ ਲਿਖਿਆ ਸੀਗਾ, ਠੀਕ ਹੈ ਜੀ, ਉਹਨੇ ਐਸੇ ਲਿਖਿਆ ਕੈਨ ਸਬਾਲਟਰਨ ਸਪੀਕ ਪੋਸਟ ਕਲੋਨੀਅਲ ਥਿਊਰੀ, ਇਹ ਗਾਇਤਰੀ ਚੰਦਰ ਸਪਾਈਕ ਨੇ ਲਿਖਿਆ ਸੀਗਾ, ਚੱਕਰਵਰਤੀ ਸਪਾਈਕ ਨੇ ਲਿਖਿਆ। ਸੋ ਇਹਦੇ ਵਿੱਚ ਉਹਨੇ ਇਹ ਆਪਣਾ ਜਿਹੜਾ ਸੀਗਾ ਆਰਗੂਮੈਂਟ ਜਿਹੜਾ ਸੀਗਾ ਦਿੱਤਾ ਕਿ ਪਟਾਰਕੀ ਦੀ ਗੱਲ ਕਰਦੀ ਹੈ, ਪਿਤਾ ਪ੍ਰਧਾਨ ਸਮਾਜ ਦੀ ਗੱਲ ਕਰਦੀ ਹੈ, ਠੀਕ ਹੈ, ਜਿਹਦੇ ਵਿੱਚ ਜਿਹੜਾ ਸੀਗਾ ਵਿਮੈਨ ਦਾ ਜਿਹੜਾ ਸੀਗਾ ਸ਼ੋਸ਼ਣ ਹੁੰਦਾ ਸੀ। ਉਹਨੇ ਇੱਕ ਗੱਲ ਬਹੁਤ ਬਹੁਤ ਮਹੱਤਵਪੂਰਨ ਕਹੀ, ਉਹ ਕਹਿੰਦਾ ਕਿ ਜਿਹੜੇ ਸਬਾਲਟਰਨ ਕਲਚਰ ਹੈਗਾ ਜਾਂ ਸਬਾਲਟਰਨ ਚੀਜ਼ ਹੈਗੀ ਹੈ, ਠੀਕ ਹੈ, ਜਿਹੜੇ ਸਬਾਲਟਰਨ ਲੋਕ ਹੈ ਉਹ ਅੰਪੀਰੀਅਲਿਜ਼ਮ ਅਤੇ ਕਮਿਊਨਲਿਜ਼ਮ ਦੇ ਵਿੱਚ ਪ੍ਰਸਿੱਧ ਹਨ ਜਾਂ ਉਹਨਾਂ ਦਾ ਜਿਹੜਾ ਹੈ ਸ਼ੋਸ਼ਣ, ਠੀਕ ਹੈ, ਇਹ ਗੱਲ ਗਾਇਤਰੀ ਚੱਕਰਵਰਤੀ ਸਪਾਈਕ ਕਰਦੀ ਹੈ। ਹੁਣ ਉਹਦੇ ਵਿੱਚ ਉਹ ਗੱਲ ਕਰਦੀ ਹੈ ਮੈਨ ਐਂਡ ਵੂਮੈਨ ਦੋਨੋਂ ਦੀ ਗੱਲ ਕਰ ਰਹੀ ਹੈ, ਪਰ ਉਹਦੇ ਵਿੱਚ ਉਹ ਇਹ ਸਟ੍ਰੈਸ ਦੇ ਰਹੀ ਹੈ ਕਿ ਜਦੋਂ ਅਸੀਂ ਕਲੋਨਲਿਜ਼ਮ ਦੀ ਗੱਲ ਕਰਨੀ ਹੈ, ਜਦੋਂ ਅਸੀਂ ਇੰਪੀਰੀਅਲਿਜ਼ਮ ਦੀ ਗੱਲ ਕਰਨੀ ਹੈ, ਉਹਦੇ ਵਿੱਚ ਜਿਹੜਾ ਹੈਗਾ ਜਿਹੜੇ ਸਬਾਲਟਰਨ ਲੋਕ ਹੈ, ਜਿਹੜੇ ਲੋਅਰ ਰੈਂਕ ਦੇ ਲੋਕ ਹੈ, ਉਹਨਾਂ ਉਹ ਦੇ ਵਿੱਚ ਵਿਮੈਨ ਜਿਹੜੀ ਹੈ ਸਭ ਨਾਲੋਂ ਜ਼ਿਆਦਾ ਜਿਹੜਾ ਪਿਛਤੀ ਹੈ, ਉਹਦਾ ਸਭ ਨਾਲੋਂ ਜ਼ਿਆਦਾ ਜਿਹੜਾ ਹੈ ਸ਼ੋਸ਼ਣ ਹੁੰਦਾ। ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ, ਜਿਹੜੇ ਅੰਗਰੇਜ਼ ਲੋਕ ਆਪਣੇ ਘਰਾਂ 'ਚ ਨੌਕਰ ਰੱਖਦੇ ਸੀ ਜਾਂ ਕੰਮ ਕਰਨ ਵਾਲੇ ਰੱਖਦੇ ਸੀ, ਉਹ ਭਾਰਤੀ ਲੋਕ ਹੀ ਰੱਖਦੇ ਸੀ, ਉਹਨਾਂ ਦੇ ਕੰਮ ਕਰਨ ਵਾਲੇ, ਠੀਕ ਹੈ ਜੀ। ਉਹਨਾਂ ਦਾ ਅੰਗਰੇਜ਼ ਜਿਹੜੇ ਅਸਤਰ ਸੀਗੇ ਉਹ ਹਰ ਤਰ੍ਹਾਂ ਨਾਲ ਔਰਤਾਂ ਦਾ ਜਿਹੜਾ ਹੈ ਸ਼ੋਸ਼ਣ ਕਰਦੇ ਸੀ, ਹਰ ਤਰ੍ਹਾਂ ਨਾਲ, ਤੁਸੀਂ ਸਮਝਦੇ ਹੋ ਮੈਨੂੰ ਲੈਬੋਰੇਟ ਜਿਹੜਾ ਹੈ ਕਰਨ ਦੀ ਜਿਹੜੀ ਹੈ ਲੋੜ ਨਹੀਂ ਹੈਗੀ, ਠੀਕ ਹੈ। ਹੁਣ ਉਹਨੇ ਵਰਡ ਜਿਹੜਾ ਸਬਾਲਟਰਨ ਹੈ ਉਹ ਕਿਹਦੇ ਲਈ ਯੂਜ ਕੀਤਾ? ਉਹ ਕਹਿੰਦੀ ਹੈ ਦੀ ਵਰਡ ਸਬਾਲਟਰਨ ਇਜ਼ ਯੂਜ਼ਡ ਫਾਰ ਲੋਅਰ ਰੈਂਕ ਵੂਮੈਨ ਐਂਡ ਬਲੈਕ ਦ ਕੋਲੋਨਾਈਜ਼ਡ ਕਲੋਨੀਅਲ ਥਿਊਰੀ ਡੋਮੀਨੈਂਸ ਆਫ ਵਾਈਟ। ਹੁਣ ਜਿਹੜੇ ਦੋਨੋਂ ਵਿਚਾਰਕ ਹੈਗੇ ਐਡਵਰਡ ਸੈਡਵਿਕ ਅਤੇ ਗਾਇਤਰੀ ਚੰਦਰ ਸਪਾਈਕ, ਇਹਨਾਂ ਦੋਨਾਂ ਵਿਚਾਰਕਾਂ ਦੀ ਇਹ ਵਿਊ ਦਿੱਤਾ, ਈਵਨ ਜਿਹੜਾ ਹੋਮੀ ਕੇ ਬਾਬਾ ਹੈ ਉਹ ਵੀ ਇਹ ਕਹਿੰਦਾ ਹੈ ਕਿ ਵੈਸਟਰਨ ਜਿਹੜਾ ਕਲਚਰ ਹੈ ਔਰ ਜਿਹੜੀ ਵੈਸਟਰਨ ਸਿਵਲਾਈਜੇਸ਼ਨ ਹੈ ਉਹਨੇ ਇਹ ਚੀਜ਼ ਫੈਲਾ ਦਿੱਤੀ ਸੀਗੀ ਸਮਾਜ ਦੇ ਵਿੱਚ ਜਾਂ ਰਾਜਨੀਤਿਕ ਵਿਵਸਥਾ ਦੇ ਵਿੱਚ ਕਿ ਸਾਡਾ ਜਿਹੜਾ ਕਲਚਰ ਹੈਗਾ ਹੈ ਉਹ ਸੁਪੀਰੀਅਰ ਹੈ, ਸਾਡੇ ਜਿਹੜੇ ਟੈਕਸਟਸ ਹੈਗੇ ਆ ਸੁਪੀਰੀਅਰ ਨੇ, ਸਾਡੀ ਜਿਹੜੀ ਵੇਸ਼ਭੂਸ਼ਾ ਹੈ ਉਹ ਸੁਪੀਰੀਅਰ ਹੈ। ਤਾਂ ਹੀ ਨਾ ਅਸੀਂ ਹੁਣ ਜੇ ਅਸੀਂ ਹੋਮੀਤੇ ਬਾਬਾ ਦੀ ਗੱਲ ਕਰੀਏ, ਉਹ ਨਕਲ ਦੀ ਗੱਲ ਕਰ ਰਿਹਾ, ਠੀਕ ਹੈ, ਉਹ ਐਮਬੀਐਨਸੀ ਦੀ ਗੱਲ ਕਰ ਰਿਹਾ, ਉਹ ਥਰਡ ਸਪੇਸ ਦੀ ਗੱਲ ਕਰ ਰਿਹਾ, ਉਹ ਇੱਦਾਂ ਦੇ ਜਿਹੜੇ
पोस्ट कलोनियल टर्मिनोलॉजी है उधर जरा वो हाई वैरायटी मतलब हाइब्रिड कल्चर भी करता है ठीक है कलोनियल आ देखो इतने जरिया है ना शेयर की थी और ना पीपीटी और भी कलोनियल एंबिएंस कलोनियल एंबिएंसेशन डोंट एंटरटेन द आयन मतलब हाइब्रिड कल्चर भी कल भी जरिया है वो भी ठीक है ठीक है हूँ जिधर मोमी के बाबा है वो कहना है कि हाइब्रिड एन इम्पोर्टेंट कंसेप्ट ऑफ कम्युनिटी उन्हें जिधर हाइब्रिड कल्चर है या हाइब्रिड का सभ्याचार सिखा उन्हें पोस्ट कॉलोनियल थ्योरी का एक इम्पोर्टेंट कंसेप्ट फिर उन्हें नाम नाम को कॉलोनियल एम्बिवेलेंस और कॉलोनियल इन्फ्लेशन भी कर भी करता है मैं अनुज इधर आपको पंक्तियां समझाना है इधर इधर ठीक है जी हूँ उस तो पहला कि उसी बाकी चीज जो है समझो कंसिडरिंग पोस्ट अ प्रीफेस मीनिंग आफ्टर वी नीड फर्स्ट टू डिस्कस बिहाइंड कॉलोनियलिज्म वो कहना कि पोस्ट कॉलोनियलिज्म को समझने को पहला सानू ये पता होना चाहिए होमी के बाबा कह रहे हैं कॉलोनियलिज्म वो कह रहे हैं बस्तीवाद की है एन एक्सटेंशन ऑफ नेशन रूल ओवर टेरिटरीज बियॉन्ड इट्स वो कह रहा है कि बस्तीवाद की है जदों एक देश अपने सीमावां तो बाहर जाके बस्तियां स्थापित करता है उन्हें उसकी बस्तीवाद कहते हैं अ पॉपुलेशन दैट इज सब्जेक्टेड टू पॉलिटिकल डोमिनेंस डोमिनेशन ऑफ अनदर पॉपुलेशन सो इहदे विच हुण मैं तुहानू पहले भी एग्जाम्पल दित्ती सी पहले लैक्चर दे विच ईस्ट इंडिया कंपनी दी एग्जाम्पल दित्ती सी ईस्ट इंडिया कंपनी ने 1650 पॉलिटिकल डोमिनेशन पहले इकोनॉमिक डोमिनेशन एस्टैब्लिश की थी उन्होंने फिर पॉलिटिकल डोमिनेशन एस्टैब्लिश की ठीक है हौली हौली उन्होंने कॉलोनी बना लिया भारत में क्योंकि भारत दे विच उन्होंने बहुत वड्डी मार्केट दिखती थी अपने समान बेचने वास्ते मार्केट दिखती थी तो 16वीं शताब्दी के विच विश्व के विच मशहूर थी कि भारत में सोने की चिड़िया है सो जे तुसीं देखिया होवे तो आप अगर कोहिनूर हीरे की गल करिए कोहिनूर हीरा जरा है इंग्लैंड के महारानी के मुकद्दमे के करके अपने नाल लगे से ठीक है सो बस्तीवाद के विच जेडी जनसंख्या होती है लोकल जेडी नेटिव जनसंख्या होती है ओदे उत्ते जेडी बाहरी ताकत होती है वो अपना अपनी जगह पर पहुंच गए कार्य अगली स्लाइड पर बात कर रहे हैं टू साइड्स ऑफ कॉलोनियलिज्म दो तरह का होता है होमी के बाबा कह रहे हैं दो तरह का होता है एक नूं असीं मिलिट्री साइड कहते हैं जो असीं अपने देश का विस्तार करते हैं या अपने देश के विस्तार वास्ते मतलब सीमावां के विस्तार वास्ते विस्तार विस्तारक नीति अपनाते हैं जिदा चीन ने अपनाई उहदे विच असीं मिलिट्री का भी यूज करते हैं ठीक है सो एक मिलिट्री जो फिर दूसरी वो गल कर रहे हैं सिविलाइजेशन साइड ऑफ ऑक्यूपेशन ऑफ माइंड्स एंड सेल्फ एंड कल्चर कॉलोनियलिज्म डज नॉट एंड विद द एंड ऑफ कॉलोनियल पर एक जी आर इंपॉर्टेंट पॉइंट है वो हूँ जरा होमी के बाबा है वो कहता है कि बस्तीवादी व्यवस्था कॉलोनियल जी ऑक्यूपेशन होती है मतलब मान लो अंग्रेजा ने भारत से 200 साल तक राज किया ठीक है 15 अगस्त 1947 में भारत आजाद हुआ पॉलिटिकली जिहड़ा या पॉलिटिकल पावर के रूप में देखिए तो अंग्रेज भारत को छोड़ के चले गए पर जो मानसिकता के रूप में देखिए ते जिहड़ा बस्तीवाद कदे भी खत्म नहीं
ਇਸੇ ਕਰਕੇ ਹੀ ਮੰਮੀ ਕੇ ਬਾਬਾ ਨੇ ਜਿਹੜਾ ਹਾਈਬ੍ਰਿਡ ਕਰ ਦਿੱਤੀ ਹੈ, ਇਸੇ ਕਰਕੇ ਮੰਮੀ ਕੇ ਬਾਬਾ ਨੇ ਮਿਮਿਕਰੀ ਦੀ ਗੱਲ ਕੀਤੀ ਹੈ, ਨਕਲ ਦੀ ਗੱਲ ਕੀਤੀ ਹੈ। ਅਸੀਂ ਲੋਕ ਨਕਲ ਕਰ ਰਹੇ ਹਾਂ, ਅਸੀਂ ਲੋਕ ਜਿਹੜੀਆਂ ਵੈਸਟ ਦੀਆਂ ਆਦਤਾਂ ਹੈ ਜਾਂ ਵੈਸਟ ਦਾ ਜਿਹੜਾ ਕਲਚਰ ਹੈ ਉਹਨੂੰ ਨਕਲ ਕਰ ਰਹੇ ਹਾਂ। ਅਸੀਂ ਫੂਡ ਵੀ ਜਿਹੜਾ ਹੈ ਵੈਸਟ ਵਾਲਾ ਖਾਣਾ ਸ਼ੁਰੂ ਕਰ ਦਿੱਤਾ, ਅਸੀਂ ਕੱਪੜੇ ਵੀ ਜਿਹੜੇ ਹੈ ਜਿਹੜਾ ਉਹ ਵੈਸਟ ਵਾਲੇ ਪਾਉਣੇ ਸ਼ੁਰੂ ਕਰ ਦਿੱਤੇ। ਅਸੀਂ ਅਗਰ ਸੱਭਿਆਚਾਰ ਅਗਰ ਆਦਤਾਂ ਦੀ ਗੱਲ ਕਰੀਏ ਅਸੀਂ ਉਹਨੂੰ ਵੀ ਫੋਲੋ ਕਰਨਾ ਸ਼ੁਰੂ ਕਰ ਦਿੱਤਾ। ਅਸੀਂ ਉਹਨਾਂ ਦੇ ਜਿਹੜੇ ਤਿਉਹਾਰ ਸੀਗੇ ਜਿਹੜੇ ਸੀਗੇ ਉਹਨਾਂ ਨੂੰ ਵੀ ਮਨਾਉਣਾ ਸ਼ੁਰੂ ਕਰ ਦਿੱਤਾ। ਠੀਕ ਹੈ, ਕ੍ਰਿਸਮਿਸ ਦਾ ਜਿਹੜਾ ਤਿਉਹਾਰ ਹੈ ਉਹ ਤਾਂ ਚਲੋ ਪੂਰੇ ਵਿਸ਼ਵ 'ਚ ਮਨਾਇਆ ਜਾਂਦਾ। ਜੇ ਅਸੀਂ ਗੱਲ ਕਰੀਏ ਫਾਦਰਸ ਡੇ, ਰੋਜ਼ ਡੇ, ਚੋਕਲੇਟ ਡੇ, ਫਲਾਨਾ ਡੇ, ਠੀਕ ਹੈ ਜੀ, ਫਿਰ ਵੈਲੰਟਾਈਨ ਡੇ, ਇਹ ਜਿਹੜੇ ਸਾਰੇ ਇਹ ਜਿਹੜੇ ਕੰਸੈਪਟ ਹੈਗੇ ਹੈ ਇਹ ਸਾਰੇ ਅਸੀਂ ਕੀ ਕਰ ਰਹੇ ਹਾਂ, ਅਸੀਂ ਵੈਸਟ ਦੀ ਨਕਲ ਕਰ ਰਹੇ ਹਾਂ ਉਹਨੂੰ ਜਿਹੜਾ ਉਸਨੇ ਹੈਗਾ ਮੰਮੀ ਕੇ ਬਾਬਾ ਨੇ ਮਿਮਿਕਰੀ ਦੀ ਨਕਲ ਕਰੀ। ਜਦੋਂ ਅਸੀਂ ਦੂਸਰੇ ਕਲਚਰ ਅਸੀਂ ਜਿਹੜੀਆਂ ਸਾਡੇ ਦੇਸ਼ 'ਚ ਫਿਲਮਾਂ ਵੀ ਬਣਦੀਆਂ ਉਹ ਵੀ ਬੋਲੀਵੁੱਡ ਤੋਂ ਇੰਸਪਾਇਰ ਹੁੰਦੀਆਂ, ਜਾਂ ਜਿਹੜੇ ਕੋਲੋਨਾਈਜ਼ਰ ਰਹੇ ਆ ਉਹਨਾਂ ਤੋਂ ਇੰਸਪਾਇਰਡ ਹੁੰਦੀਆਂ। ਜਿਹੜੇ ਕਈ ਵਾਰੀ ਅਸੀਂ ਗਾਣਿਆਂ ਦੀਆਂ ਧੁੰਨਾਂ ਵੀ ਜਿਹੜੀਆਂ ਹੈ ਉਹਨਾਂ ਤੋਂ ਅਸੀਂ ਚੋਰੀ ਕਰ ਲੈਂਦੇ। ਠੀਕ ਹੈ ਜੀ, ਇੱਥੇ ਮੈਨੂੰ ਹਿੰਦੀ ਫਿਲਮਾਂ ਦੀਆਂ ਕਈ ਫਿਲਮਾਂ ਦੀਆਂ ਯਾਦ ਆਉਂਦੀਆਂ ਹੈ ਜਿਨ੍ਹਾਂ ਵਿੱਚ ਜਿਹੜੇ ਮੰਨ ਲਓ ਫਿਲਮ ਆਈ ਸੀ ਭਾਰਤ ਦੇ ਵਿੱਚ 1980 ਦੇ ਦਸ਼ਕ ਦੇ ਵਿੱਚ ਕ੍ਰਾਂਤੀ। ਠੀਕ ਹੈ ਜੀ, ਉਹ ਕ੍ਰਾਂਤੀ ਦੇ ਵਿੱਚ ਜਿਹੜੇ ਸੋਲਜਰ ਦਿਖਾਏ ਹੋਏ ਨੇ, ਠੀਕ ਹੈ, ਉਹ ਭਾਰਤੀ ਨੇ ਪਰ ਉਹਨਾਂ ਨੇ ਡਰੈਸ ਕਿਹੜੀ ਪਾਈ ਹੋਈ ਹੈ, ਵੈਸਟ ਦੀ ਡਰੈਸ ਪਾਈ ਹੈ ਜਾਂ ਉਹਨਾਂ ਦੇ ਅੰਗਰੇਜ਼ਾਂ ਦੀ ਡਰੈਸ ਪਾਈ ਹੈ। ਸੋ ਅਸੀਂ ਹਰ ਚੀਜ਼ ਨੂੰ ਜਿਹੜਾ ਹੈ ਕਾਪੀ ਕਰਨਾ ਸ਼ੁਰੂ ਕਰ ਦਿੱਤਾ। ਇਹਨੂੰ ਜਿਹੜਾ ਹੈ ਮੰਮੀ ਕੇ ਬਾਬਾ ਦਾ ਜਿਹੜਾ ਹੈ ਉਹ ਜਿਹੜਾ ਮਿਮਿਕਰੀ ਜਿਹੜਾ ਕਹਿੰਦੇ। ਫਿਰ ਰਜਿਸਟਰਡ ਬਿਗਿਨਸ, ਠੀਕ ਹੈ, ਇਹ ਤਾਂ ਆਪਾਂ ਡਿਸਕਸ ਕਰ ਲਿਆ। ਠੀਕ ਹੈ ਜੀ, ਹੁਣ ਇੱਥੇ ਇੱਕ ਸਵਾਲ ਇਹ ਵੀ ਪੈਦਾ ਹੁੰਦਾ ਕਿ ਜਿਹੜੇ ਲੋਕ ਸੀਗੇ ਉਹਨਾਂ ਨੂੰ ਜਿਹੜਾ ਸੀਗਾ ਗੁਲਾਮ ਕਿਉਂ ਬਣਾਇਆ ਜਾਂ ਉਹਨਾਂ ਨੂੰ ਕੋਲੋਨਾਈਜ਼ ਕਿਉਂ ਕੀਤਾ ਗਿਆ ਜਾਂ ਉਹਨਾਂ ਦੇ ਦੇਸ਼ ਦੇ ਵਿੱਚ ਬਸਤੀਆਂ ਕਿਉਂ ਬਣਾਈਆਂ। ਇਹਦੇ ਕਈ ਕਾਰਨ ਨੇ, ਡਾਰਵਿਨਿਜ਼ਮ ਦੀ ਗੱਲ ਕਰ ਲਈਏ, ਯੂਰੋਸੈਂਟ੍ਰਿਕ ਯੂਨੀਵਰਸਲਿਜ਼ਮ, ਨੇਚਰ ਵਿਅਕਤੀ ਦੇ ਸੁਭਾਅ ਦੇ ਵਿੱਚ ਹੈ, ਫਿਰ ਮਾਈਂਡ ਮੈਨ ਪਰਸਨ, ਠੀਕ ਹੈ, ਸੁਪੀਰੀਅਰ ਰੂਪ ਦੀ ਜਿਹੜੀ ਥਿਊਰੀ ਆ ਉਹ ਹੈ ਆਦਮੀ। ਹੁਣ ਅਸੀਂ ਜਿਹੜਾ ਅੱਜ ਦਾ ਲੈਕਚਰ ਸਾਡਾ ਹੈਗਾ ਮੇਨਲੀ ਮੰਮੀ ਕੇ ਬਾਬਾ ਦੇ ਉੱਤੇ ਹੈ। ਇਹ ਜਿਹੜਾ ਵਿਚਾਰਕ ਸੀਗਾ ਹਿੰਦੀ ਰਿਲੀਜਨ ਦਾ ਵਿਚਾਰਕ ਹੈ, ਇਹਦਾ ਜਨਮ 1949 ਦੇ ਵਿੱਚ ਹੋਇਆ। ਉਹਦਾ ਕੀ ਮੰਨਣਾ ਹੈ, ਕਹਿੰਦਾ ਪੀਸ ਦੈਟ ਪੋਸਟ ਕਲੋਨੀਅਲ ਵਰਲਡ ਸ਼ੁੱਡ ਬੀ ਵੈਲਰਾਈਜ਼ ਸਪੇਸਿਸ ਆਫ ਮਿਲਕੀ ਸਪੇਸਿਸ ਵੇਅਰ ਟਰੁੱਥ ਐਂਡ ਅਥੈਂਟਿਸਿਟੀ ਮੂਵ ਸਾਈਡ ਟੂ ਸਾਈਡ ਫੋਰ ਕਮਿਊਨਿਟੀ। ਪਹਿਲੀ ਗੱਲ ਤਾਂ ਉਹਨੇ ਮਿਲਕੀ ਦੀ ਗੱਲ ਕੀਤੀ ਹੈ। ਉਹ ਕਹਿੰਦਾ ਕਿ ਦੇਖੋ ਜੀ, ਇੱਕ ਨੇਟਿਵ ਕਲਚਰ ਹੋਵੇ, ਦੋ ਤਰ੍ਹਾਂ ਦੇ ਕਲਚਰ ਦੀ ਗੱਲ ਕਰ ਰਹੇ। ਨੇਟਿਵ ਕਲਚਰ ਦਾ ਮਤਲਬ ਉਸ ਦੇਸ਼ ਦਾ ਸੱਭਿਆਚਾਰ, ਜਿੱਦਾਂ ਭਾਰਤ ਇੱਕ ਕੋਲੋਨੀ ਸੀ, ਭਾਰਤ ਦਾ ਆਪਣਾ ਸੱਭਿਆਚਾਰ ਪਲੱਸ ਜਿਹੜਾ ਵੈਸਟ ਦਾ ਸੱਭਿਆਚਾਰ। ਠੀਕ ਹੈ, ਐਟ ਪੁਆਇੰਟ ਜਿਹੜਾ ਹੈ ਅਸੀਂ ਜਿਹੜਾ ਵੈਸਟ ਦੀਆਂ ਆਦਤਾਂ ਨੂੰ ਫੋਲੋ ਕਰ ਰਹੇ ਹਾਂ, ਅਸੀਂ ਜਿਹੜਾ ਆਪਣੀਆਂ ਜਿਹੜੀਆਂ ਆਪਣੀਆਂ ਸਾਡੇ ਸੱਭਿਆਚਾਰ ਦੇ ਵਿੱਚ ਸਾਡੀਆਂ ਆਪਣੀਆਂ ਆਦਤਾਂ ਉਹਨੂੰ ਵੀ ਫੋਲੋ ਅਸੀਂ ਕਰ ਰਹੇ ਹਾਂ। ਸੋ ਐਟ ਪੁਆਇੰਟ ਜਿਹੜਾ ਹੈ ਜਦੋਂ ਇਹ ਦੋਨੋਂ ਚੀਜ਼ਾਂ ਮਿਲਦੀਆਂ ਉਹਨੂੰ ਅਸੀਂ ਹਾਈਬ੍ਰਿਡ ਕਰ ਦਿੰਦੇ ਹਾਂ। ਠੀਕ ਹੈ, ਮਿਕਸਿੰਗ ਆਫ ਕਲਚਰਸ ਇਜ਼ ਕਾਲਡ ਹਾਈਬ੍ਰਿਡ। ਦਿਸ ਇਜ਼ ਬੇਸ ਔਫ ਹਾਈ ਵੈਰੀਡਿਟੀ ਹੀ ਆਰਗਿਊਸ ਆਫਰਸ ਮੋਸਟ ਪ੍ਰੋਫਾਉਂਡ ਚੈਲੰਜ। ਕਹਿੰਦਾ ਸਭ ਤੋਂ ਵੱਡਾ ਜਿਹੜਾ ਚੈਲੰਜ ਬਸਤੀਵਾਦੀ ਵਿਵਸਥਾ ਨੂੰ ਕੀ ਹੈ ਉਹ ਹਾਈਬ੍ਰਿਡ ਕਲਚਰ। ਜਦੋਂ ਦੋਨਾਂ ਦੇਸ਼ਾਂ ਦਾ ਕਲਚਰ, ਦੇਖੋ ਜੀ ਸਿੱਧੀ ਜੀ ਗੱਲ ਹੈ, ਜਿਹੜਾ ਈਸਟ ਹੈ ਵੈਸਟ ਨੂੰ ਫੋਲੋ ਕਰ ਰਿਹਾ ਅਤੇ ਵੈਸਟ ਈਸਟ ਨੂੰ ਫੋਲੋ ਕਰ ਰਿਹਾ, ਉਹ ਵੀ
ਸਾਡੇ ਕਲਚਰ ਦੀ ਜਿੰਨੀਆਂ ਕੁਛ ਚੰਗੀਆਂ ਚੀਜ਼ਾਂ ਨੂੰ ਜਿਹੜਾ ਅਡਾਪਟ ਕਰਦੀ ਹੈ। ਜਿੱਦਾਂ ਅੰਗਰੇਜ਼ਾਂ ਦੀ ਅਗਰ ਅਸੀਂ ਗੱਲ ਕਰੀਏ ਜਾਂ ਹੋਰ ਦੇਸ਼ਾਂ ਦੀ ਗੱਲ ਕਰੀਏ ਤੇ ਉਹਦੇ ਵਿੱਚ ਉਹ ਲੋਕ ਯੋਗ ਨੂੰ ਫੋਲੋ ਕਰ ਰਹੇ ਆ, ਸਾਧਨਾ ਨੂੰ ਫੋਲੋ ਕਰ ਰਹੇ ਆ, ਹੋਰ ਜਿੰਨੀਆਂ ਚੀਜ਼ਾਂ ਨੂੰ ਫੋਲੋ ਕਰ ਰਹੇ। ਠੀਕ ਹੈ ਜੀ। ਇਗਨੋਰ ਸਪਾਈਕ ਸਪਾਈਕ ਸਟੇਟਡ ਯੂਜ਼ਫੁਲਨੈਸ ਐਸੈਂਸ਼ੀਅਲਿਜ਼ਮ ਦੀ ਪ੍ਰੋਬਲਮ ਹੈ। ਮਤਲਬ ਉਹਨੇ ਗਾਇਤਰੀ ਚੱਕਰਵਰਤੀ ਦੀ ਗੱਲ ਸਿਧਾਂਤ ਸੀ ਜਿਹੜਾ ਅਗਰ ਯੂ ਪਾਰਟੀ ਨੂੰ ਨਕਾਰ ਦਿੱਤਾ। ਠੀਕ ਹੈ ਜੀ। ਫਿਰ ਇੱਕ ਹੋਰ ਵਿਚਾਰ ਹੋਇਆ। ਅੱਛਾ ਹੋਰ ਕੀ ਗੱਲ ਕਰ ਰਹੇ ਹੋ? ਮਿਮਿਕਰੀ ਦੀ ਨਕਲ ਕਰਨ ਵਾਲਿਆਂ ਦਾ ਮੈਂ ਤੁਹਾਨੂੰ ਦੱਸ ਦਿੱਤਾ। ਉਸ ਤੋਂ ਬਾਅਦ ਅਗਰ ਆਪਾਂ ਅਗਲੀ ਗੱਲ ਕਰੀਏ ਹਾਈਬ੍ਰਿਡ ਕਲਚਰ ਦੀ ਗੱਲ ਕਰੀਏ, ਹੁਣ ਐਂਬੀਵੈਲੈਂਸ ਕੀ ਹੈ? ਹੁਣ ਐਂਬੀਵੈਲੈਂਸ ਦੀ ਆਈਡੀਆ ਆਫ ਐਂਬੀਵੈਲੈਂਸ ਇਜ਼ ਦੈਟ ਕਲਚਰ ਕੰਸਿਸਟਿੰਗ ਆਫ opposing perceptions and dimensions of colonial resources that which is characterized by invention and mastery, which is characterized by invention and mastery. ਬੱਚਿਓ ਅੱਜ ਦਾ ਲੈਕਚਰ ਜਿਹੜਾ ਮੈਂ ਇੱਥੇ ਖਤਮ ਕਰਦਾ ਹੈ ਅਤੇ ਬਾਕੀ ਦਾ ਜਿਹੜੀ ਤੁਹਾਡੇ ਨਾਲ ਚਰਚਾ ਹੈ ਉਹ ਕੱਲ੍ਹ ਦੇ ਲੈਕਚਰ 'ਚ ਜਾਰੀ ਹੋਵੇਗੀ। ਥੈਂਕ ਯੂ।